ਮੈਂ ਕਹਿਣਾ ਚਾਹੁੰਦਾ ਕਿ ਜਿੰਨਾ ਜੋ ਕੁਛ ਵੀ ਹੈ ਸਭ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਹੋਇਆ। ਜਦੋਂ ਪਤਾ ਹਾਈ ਅਲਰਟ ਰਹਿ ਕਿਉਂ ਨਹੀਂ ਸਿਕਿਉਰਟੀ ਦਿੱਤੀ ਜਾਂਦੀ? ਟੀ ਵੀ 'ਤੇ ਵਾਰ ਵਾਰ ਨਿਊਜ਼ ਆ ਰਹੀ ਆ ਕਿ ਹਾਈ ਅਲਰਟ ਆ, ਹਾਈ ਅਲਰਟ ਆ। ਕਿੱਥੇ ਹਾਈ ਅਲਰਟ ਆਈ ਸੀ? 17 ਕਿਲੋਮੀਟਰ ਤੋਂ ਆਇਆ, ਇੱਕ ਵੀ ਪੁਲਿਸ ਵਾਲਾ ਸਾਨੂੰ ਰਸਤੇ 'ਚ ਨਹੀਂ ਮਿਲਿਆ, ਕੋਈ ਸਿਕਿਉਰਟੀ ਨਹੀਂ ਲੱਗੀ, ਸਭ ਸਿਕਿਉਰਟੀ ਇੱਥੇ ਹੀ ਲੱਗੀ ਹੈ। ਕੀ ਸਮਝਦੇ ਤੁਸੀਂ ਵੀ ਇਹ ਸਰਕਾਰ ਦੀ ਨਾਕਾਮੀ ਆ ਜਿਹੜਾ? ਹਾਂਜੀ ਬਿਲਕੁਲ ਜੀ, ਬਿਲਕੁਲ ਸਰਕਾਰ ਦੀ ਨਾਕਾਮੀ। ਮੰਗ ਸਾਡਾ ਜੋ ਵੀ ਸਮਾਜ ਆ, ਸਿਕਿਉਰਟੀ ਨਹੀਂ ਹੈਗਾ, ਸਿਕਿਉਰਟੀ ਚਾਹੀਦੀ ਸਾਨੂੰ ਤਾਂ ਬਸ। ਠੀਕ ਹੈ ਜੀ। ਦੇਖੋ ਜੀ, ਸਾਨੂੰ ਸਾਰਿਆਂ ਨੂੰ ਬੜਾ ਅਫਸੋਸ ਆ। ਪੰਜਾਬ ਅਮਨ ਸ਼ਾਂਤੀ ਨਾਲ ਜੀ ਰਿਹਾ ਸੀ ਔਰ ਤਰੱਕੀ ਦੀ ਰਾਹ 'ਤੇ ਚੱਲ ਰਿਹਾ ਸੀ, ਔਰ ਪਤਾ ਨਹੀਂ ਕਿਹੜੇ ਲੋਕ ਜਿਨ੍ਹਾਂ ਦੇ ਮਨ 'ਚ ਇਹ ਪੰਜਾਬ ਦੀ ਤਰੱਕੀ ਨਹੀਂ ਵੇਖੀ ਜਾਂਦੀ ਔਰ ਭਾਈਚਾਰਾ ਜਿਹੜਾ ਪੰਜਾਬ ਦਾ ਆਪੋ 'ਚ ਚੰਗਾ ਚੱਲ ਰਿਹਾ ਸੀ ਉਹ ਨਹੀਂ ਸਾਰਦੇ, ਉਹਨਾਂ ਲੋਕਾਂ ਨੇ ਗੰਦਾ ਕੰਮ ਕੀਤਾ। ਏਜੰਸੀਆਂ ਵੱਲੋਂ ਵੀ ਇਹਨੂੰ ਹਾਈਲਾਈਟ ਕੀਤਾ ਗਿਆ ਸੀਗਾ, ਪਰ ਉਹਦੇ ਬਾਵਜੂਦ ਵੀ ਸਿਕਿਉਰਟੀ ਦੇ ਕੰਮ ਨਾ ਹੋਣ ਕਾਰਨ ਜਿਹੜੀ ਆ ਘਟਨਾ ਵਾਪਰੀ। ਦੇਖੋ ਗੱਲ ਇਹ ਆ, ਇੱਥੇ ਨਾ ਅੱਜ ਦਾ ਕੋਈ ਸਮਾਗਮ ਨਹੀਂ ਸੀ ਚੱਲਦਾ, ਬੜਾ ਪੁਰਾਣਾ ਚੱਲਦਾ ਸੀਗਾ, ਔਰ ਅਸੀਂ ਵੀ ਕਈ ਵਾਰੀ ਇੱਥੋਂ ਲੰਘੇ ਹਾਂ। ਸਾਡੇ ਲੋਕ ਜਿਹੜੇ ਇੱਧਰ ਦੇ ਸਾਰੇ ਇੱਕ ਦੂਜੇ ਨੂੰ ਮਿਲਦੇ ਵਰਤਦੇ ਆ, ਪਿਆਰ ਨਾਲ ਰਹਿੰਦੇ ਆ, ਕੋਈ ਕਿਸੇ ਧਰਮ ਨੂੰ ਮੰਨਦਾ, ਕੋਈ ਕਿਸੇ ਧਰਮ ਨੂੰ ਮੰਨਦਾ, ਇਹਦੇ ਕਿਸੇ ਦੇ ਦਿਮਾਗ 'ਚ ਨਹੀਂ ਸੀ, ਚਿੱਤ ਚੇਤਾ ਵੀ ਨਹੀਂ ਸੀ। ਬਾਕੀ ਜਿਹੜਾ ਅਲਰਟ ਸੀਗਾ ਉਹ ਸਾਰੇ ਪੰਜਾਬ ਦਾ ਸੀ, ਇੱਥੇ ਮੇਨ ਸੜਕ ਦੇ ਉੱਤੇ ਜਿੱਥੋਂ ਸੜਕੇ ਲਿੰਕ ਰੋਡ ਆ ਉੱਥੇ ਨਾਕਾ ਲੱਗਾ ਸੀ, ਅਤੇ ਕੋਈ ਸੋਚ ਹੀ ਨਹੀਂ ਸਕਦਾ ਕਿ ਇਹੋ ਜਿਹੀ ਮਾੜੀ ਹਰਕਤ ਕੋਈ ਕਰੂਗਾ। ਸੁਨੀ ਸਾਹਿਬ, ਅੱਜ ਤੁਸੀਂ ਜਿਵੇਂ ਬਰਗਾੜੀ ਕਾਂਡ ਹੈ ਜਾਂ ਦੂਸਰਾ ਹੋਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਾ ਵਾ, ਕੀ ਉਹਨਾਂ ਤੋਂ ਧਿਆਨ ਉਠਾਉਣ ਵਾਸਤੇ ਇਹ ਕੰਮ ਤਾਂ ਨਹੀਂ ਕੀਤਾ ਗਿਆ? ਨਹੀਂ, ਦੇਖੋ ਇਹ ਤਾਂ ਉਹ ਲੋਕ ਨੇ ਜਿਹੜੇ ਦੇਸ਼ ਨੂੰ ਮਤਲਬ ਨਫ਼ਰਤ ਕਰਦੇ ਨੇ, ਜਿਹੜੇ ਦੇਸ਼ ਨੂੰ ਅਲੱਗ ਅਲੱਗ ਕਰਨਾ ਚਾਹੁੰਦੇ ਨੇ। ਏਜੰਸੀਆਂ ਨੇ ਸਾਰੇ ਪੰਜਾਬ ਨੂੰ ਕਰ ਲਓ, ਨੌਰਥ ਈਸਟ ਬਾਰਡਰ ਏਰੀਆ ਸਾਰਾ ਹੀ ਜੰਮੂ ਕਸ਼ਮੀਰ ਤੋਂ ਲੈ ਕੇ ਡਿਸਟਰਬ ਆ, ਇਹਨੂੰ ਇੱਕ ਆਤੰਕ ਫੈਲਾਉਣ ਲਈ ਹੀ ਇਹ ਘਟਨਾ ਹੋਈ ਹੈ, ਔਰ ਬਾਕੀ ਇਹਦੇ 'ਚ ਕਿਹਦਾ ਹੱਥ ਆ ਕਿਵੇਂ ਆ ਉਹ ਏਜੰਸੀਆਂ ਜਦੋਂ ਜਾਂਚ ਕਰਨੀ ਉਹ ਸਾਹਮਣੇ ਆਏਗਾ, ਔਰ ਬਿਲਕੁਲ ਸਾਰਾ ਕੁਝ ਦੱਸਿਆ ਜਾਏਗਾ, ਔਰ ਸਰਕਾਰ ਪੂਰਾ ਇਹਦੇ 'ਤੇ ਮੁਸ਼ਤੈਦੀ ਦੇ ਨਾਲ ਕੰਮ ਕਰ ਰਹੀ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਆਤੰਕਵਾਦ ਫੈਲਾਉਣ ਦੀ ਗੱਲ, ਕਾਂਗਰਸ ਵੇਲੇ ਅੱਗੇ ਵੀ ਆਤੰਕਵਾਦ ਜਿਹੜਾ ਸੀ ਉਹ ਸਿਰ ਜੋਰ ਫੜ ਗਿਆ ਸੀਗਾ, ਅਤੇ ਇਹਨੂੰ ਦਬਾਉਣ ਵਾਸਤੇ ਸਰਕਾਰ ਵੱਲੋਂ ਬਿਲਕੁਲ ਗਲਤ ਗੱਲ ਆ। ਦੇਖੋ ਅਕਾਲੀ ਦਲ ਸਰਕਾਰ ਵੇਲੇ ਕਿੰਨੇ ਜਿਹੜੇ ਧਰਮਾਂ ਦੇ ਅਨੁਆਈ ਆ ਜਿਨ੍ਹਾਂ ਦੀਆਂ ਹੱਤਿਆ ਹੋਈਆਂ ਨੇ, ਔਰ ਸ਼ਰਾਰਤੀ ਅੰਸਰ ਮੌਕਾ ਲੱਭਦੇ ਰਹਿੰਦੇ ਇਹੋ ਜਿਹੇ ਕੰਮ ਕਰਨ ਨੂੰ, ਉਦੋਂ ਵੀ ਆਤੰਕ ਫੈਲਿਆ ਸੀ, ਔਰ ਇਸ ਸਰਕਾਰ ਨੇ ਉਹ ਸਾਰੀਆਂ ਹੱਤਿਆ ਦਾ ਮਸਲੇ ਹੱਲ ਕੀਤੇ ਆ ਤੁਹਾਡੇ ਸਾਹਮਣੇ ਆ, ਔਰ ਜੇ ਜਲੰਧਰ ਦੇ ਬੰਬ ਬਲਾਸਟ ਦੀ ਗੱਲ ਕਰ ਲਓ ਉਹ ਵੀ ਹੱਲ ਹੋਇਆ ਵੀ ਕਿੰਨਾ ਕੀਤਾ ਕਿਵੇਂ ਕੀਤਾ, ਇਹ ਵੀ ਤੁਹਾਡੇ ਸਾਹਮਣੇ ਫੜੇ ਜਾਣਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਹ ਮਤਲਬ ਹੁਣ ਇਸ ਵੇਲੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਐਜ਼ ਏ ਇੰਡੀਅਨ ਆਪਾਂ ਨੂੰ ਲੈਣਾ ਚਾਹੀਦਾ, ਇੱਕ ਸਿਟੀਜਨ ਆਫ ਇੰਡੀਅਨ, ਜਿੰਨੇ ਵੀ ਇੱਥੇ ਮਾਰੀ ਡੈਥ ਹੋਈਆਂ ਨੇ ਉਹ ਇੰਡੀਅਨ ਦੇ ਸਿਟੀਜਨ ਦੀ ਡੈਥ ਹੋਈ ਹੈ, ਨੋਟ ਕਿ ਅੰਮ੍ਰਿਤਸਰ, ਨੋਟ ਕਿ ਪੰਜਾਬ। ਇੱਕੋ ਗੱਲ ਕਹਿੰਦੇ ਨੇ ਵੀ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਹੋਏ, ਪੰਜਾਬ 'ਚ ਅਮਨ ਅਤੇ ਸ਼ਾਂਤੀ ਰਹੇ। ਸੋ ਇੱਕੋ ਦੁੱਖਾ ਘਟਨਾ ਜਿਹੜੀਆਂ ਕਈ ਵਾਰ ਵਾਪਰ ਜਾਂਦੀਆਂ ਨੇ ਜਿਹਦਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ, ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਸੋ ਕੋਈ ਪਤਾ ਨਹੀਂ ਸੀ ਵੀ ਇੱਥੇ ਭਵਨ 'ਚ ਇਹੋ ਜਿਹੀ ਘਟਨਾ ਹੋਣੀ ਆ। ਸੋ ਬੜੀ ਮੰਦਭਾਗੀ ਘਟਨਾ ਹੋਈ ਆ, ਸਰਕਾਰ ਪੂਰੀ ਤਰ੍ਹਾਂ ਧਿਆਨ ਰੱਖ ਰਹੀ ਆ। ਤੁਸੀਂ ਵੇਖੋ ਪਹਿਲਾਂ ਵੀ ਸਾਰੇ ਚੌਂਕ ਸਾਰੇ ਥਾਵਾਂ 'ਤੇ ਪੁਲਿਸ ਦੇ ਨਾਕੇ ਸੀਗੇ, ਉਹ ਇਸ ਕਰਕੇ ਸੀਗੇ ਹਾਈ ਅਲਰਟ ਸੀਗਾ, ਇਨਫੋਰਮੇਸ਼ਨ ਸੀ ਏਜੰਸੀਆਂ ਨੂੰ ਕੁਛ ਨਾ ਕੁਛ ਸ਼ਾਇਦ ਹੋ ਸਕਦਾ, ਪਰ ਹੁਣ ਕਿਤੇ ਨਾ ਕਿਤੇ ਇਹੋ ਜਿਹੀ ਕੋਈ ਰਹਿ ਜਾਂਦੀ ਤੁਹਾਡੀ ਹਾਈ ਅਲਰਟ ਕੀਤਾ ਗਿਆ ਸੀਗਾ ਕਿ ਆਪਾਂ ਇਹਨੂੰ ਪਾਕਿਸਤਾਨ ਦੇ ਨਾਲ ਜੋੜ ਸਕਦੇ ਕਿ ਪਾਕਿਸਤਾਨ ਵੱਲੋਂ ਹੀ? ਦੇਖੋ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ, ਹੁਣ ਪਤਾ ਲੱਗ ਜੂਗਾ ਇਹਦੇ ਮਗਰ ਕੋਈ ਸ਼ਰਾਰਤੀ ਤੱਤ ਨੇ ਜਾਂ ਅੱਤਵਾਦ ਦਾ ਹੱਥ ਆ। ਸੋ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ। ਮੈਨੂੰ ਤਾਂ ਹੁਣ ਪਤਾ ਲੱਗਾ ਸੀ ਸ਼ਾਇਦ ਉਹ ਠੀਕ ਆ ਕਿ ਗਲਤ ਆ, ਕਿ ਜਿਹੜੇ ਮੋਟਰਸਾਈਕਲ 'ਤੇ ਆਏ ਸੀਗੇ, ਜਿਹੜੀ ਬਾਈਕ ਸੀਗੀ ਉਹ ਸ਼ਾਇਦ ਮਿਲ ਗਈ ਆ। ਸੋ ਵੇਖੋ ਸਾਰੀ ਫੋਰਸ ਲੱਗੀ ਆ ਪੰਜਾਬ ਦੀ, ਇੱਥੇ ਹੋਮ ਸੈਕਟਰੀ ਵੀ ਨੇ ਆਏ ਨੇ, DGP ਇੱਥੇ ਨੇ, ਸਾਰੇ ਪੰਜਾਬ ਦੇ ਸਾਡੇ ਜਿਹੜੇ ਨੇ ਸੀਨੀਅਰ ਅਫਸਰ ਪੁਲਿਸ ਦੇ ਸਾਰੇ ਵੇਖ ਰਹੇ। ਕਿਹੜੀ ਜਗ੍ਹਾ ਤੋਂ ਮਿਲੀ ਹੈ ਬਾਈਕ? ਨਹੀਂ ਮੈਨੂੰ ਅਜੇ ਵੈਸੇ ਕਦੋਂ ਪਤਾ ਲੱਗਾ, ਸੋ ਪਤਾ ਕਰਦੇ ਹੁਣ ਕਿ ਵੈਸੇ ਵੀ ਨਾ ਉਹਦੇ 'ਚ CM ਸਾਹਿਬ ਨੇ ਅੱਜ ਹੀ ਹੁਣ ਸਵੇਰੇ ਅਨਾਊਂਸ ਕੀਤਾ ਕਿ ਜਿਹੜਾ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਦਊਗਾ ਉਹਨੂੰ 50 ਲੱਖ ਰੁਪਈਆ ਜਿਹੜਾ ਦਿੱਤਾ ਜਾਏਗਾ। ਓਹਲਾ ਜੀ।